ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਹਾਂ, ਅਸੀਂ ਕਿਰਤ ਕਰਨ ਵਾਲੇ ਲੋਕ ਹਾਂ, ਅਸੀਂ ਸਾਰੇ ਇਕੱਠੇ ਹਾਂ। ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਹੈ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਸਾਨੋ ਕੇ ਲੀਏ ਦੁਆ ਕਰਤੇ ਹੈ, ਔਰ ਇਹ ਸਰਕਾਰ ਜੋ ਹੈ ਜੋ ਜ਼ੁਲਮ ਕਰ ਰਹੀ ਹੈ, ਹਮ ਰਬ ਮੁਰੇ ਅਰਦਾਸ ਕਰਤੇ ਹੈ ਕਿ ਰਬ ਜੋ ਹੈ ਇਨਕਾ ਇਨ ਕਿਸਾਨੋ ਕੀ ਹਮੇਸ਼ਾ ਮਦਦ ਕਰੇ ਔਰ ਇਨਕੇ ਸਾਥ ਰਹੇ। ਮੇਰਾ ਨਾਮ ਜ਼ੁਬੇਰ ਅਹਿਮਦ ਹੈ ਜੀ। ਅਸੀਂ ਦੇਖੋ ਜੋ ਕਿਸਾਨ ਜੋ ਹੈ ਅਨਾਜ ਪੈਦਾ ਕਰਕੇ ਲੋਕਾਂ ਨੂੰ ਖਿਲਾਉਂਦਾ ਹੈ, ਔਰ ਅਗਰ ਕਿਸਾਨ ਅਨਾਜ ਪੈਦਾ ਨਾ ਕਰੇ ਤਾਂ ਲੋਕ ਭੁੱਖੇ ਮਰ ਜਾਣਗੇ। ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹੈ ਔਰ ਰੱਬ ਤੋਂ ਅਰਦਾਸ ਕਰਦੇ ਹਾਂ ਕਿ ਰੱਬ ਜੋ ਹੈ ਕਿਸਾਨਾਂ ਦੀ ਮਦਦ ਫਰਮਾਏ ਔਰ ਜਿਹੜੀ ਇਹ ਜ਼ਾਲਿਮ ਸਰਕਾਰ ਹੈ ਇਹਨੂੰ ਇਸ ਤੋਂ ਨਾਬੂਦ ਫਰਮਾਏ, ਕਿਉਂਕਿ ਕਿਸਾਨਾਂ ਦੇ ਉੱਪਰ ਬਹੁਤ ਸ਼ਤਰ ਟੁੱਟਾ ਹੈ ਗਿਆ ਇੰਨਾ ਜ਼ਿਆਦਾ, ਹੈ ਨਾ, ਅੱਥੂ ਗੈਸ ਦੇ ਕੋਲੇ, ਉਹਨਾਂ ਦੀ ਸਲਾਮਤੀ ਲਈ ਤੁਸੀਂ ਅੱਜ ਅਸੀਂ ਉਹਨਾਂ ਦੀ ਸਲਾਮਤੀ ਲਈ ਦੁਆ ਕਰਦੇ ਹਾਂ ਜੀ। ਰੱਬ ਮੁਰੇ ਅਰਦਾਸ ਕਰ ਰਹੇ ਹਾਂ ਕਿ ਰੱਬ ਉਹਨਾਂ ਦੀ ਹਿਫਾਜ਼ਤ ਫਰਮਾਏ, ਇੱਕ ਇੱਕ ਕਿਸਾਨ ਦੀ ਹਿਫਾਜ਼ਤ ਫਰਮਾਏ। ਹਾਂਜੀ, ਕੀ ਨਾਮ ਹੈ ਜੀ? ਹਾਂਜੀ ਬਾਬੇ, ਮੇਰਾ ਨਾਮ ਜੀ ਭੋਲਾ ਖਾਨ। ਭੋਲਾ ਖਾਨ ਜੀ, ਨਮਾਜ਼ ਅਦਾ ਕਰ ਰਹੇ ਹੋ, ਕੀ ਗੱਲ, ਕੀ ਚੱਲ ਰਿਹਾ ਜੀ? ਨਮਾਜ਼ ਅਦਾ, ਜੇ ਦੇਖੋ ਸੱਦਾ ਤੇ 16 ਤਰੀਕ ਨੂੰ ਹਰ ਇੱਕ ਜਥੇਬੰਦੀ ਦਾ ਮਿਲ ਗਏ, ਬੰਦ ਦਾ ਸੱਦਾ ਸੀ, ਉਹ ਬੰਦ ਦਾ ਸੱਦਾ ਸਾਰੇ ਉਹਦੇ ਵਿੱਚ ਸ਼ਾਮਲ ਹੋਇਆ। ਮੁਸਲਮਾਨ ਭਾਈਚਾਰੇ ਵੱਲੋਂ ਇਹਨਾਂ ਦੀ ਹਮਾਇਤ ਕੀਤੀ ਹੈ ਪੂਰੀ, ਔਰ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਹੈ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ, ਜਿਸ ਤਰ੍ਹਾਂ ਵੀ ਜੇ ਕੋਈ ਆਪਦੇ ਹੱਕ ਦੀ ਆਵਾਜ਼ ਉਠਾਉਂਦਾ ਉਹਦੇ ਉੱਪਰ ਅੱਥਰੂ ਗੈਸ ਦੀਆਂ ਗੋਲੀਆਂ, ਪਤਾ ਨਹੀਂ ਕੀ ਜ਼ੁਲਮ ਕਰ ਰਹੀ ਹੈ। ਉਹ ਕਿਸਾਨਾਂ ਨੇ ਅੱਜ ਧਰਨਾ ਲਾਇਆ ਸੀ ਉਹਦੇ ਹੱਕ 'ਚ, ਅਤੇ ਉਹਨਾਂ ਅੱਗੇ ਉਸ ਅੱਲਾ ਪਾਕ ਦੇ ਉਸ ਪਰਵਰਦਗਾਰ ਦੇ ਅੱਗੇ ਦੁਆ ਵੀ ਕਰਦੇ ਹਾਂ ਅਤੇ ਉਹਨਾਂ ਦੀ ਹਮਾਇਤ ਵੀ ਕਰਦੇ ਹਾਂ। ਇਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਅੱਜ ਇਸ ਤਰ੍ਹਾਂ ਨਮਾਜ਼? ਇਹ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜੀ, ਜੋ ਵੀ ਇਸ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੈਗਾ, ਕੋਈ ਵੀ ਇਨਸਾਨ ਹੈ, ਹਰ ਇੱਕ ਦਾ ਫਰਜ਼ ਬਣਦਾ ਵੀ ਅਸੀਂ ਸਹੀ ਆਵਾਜ਼ ਨੂੰ ਉਠਾਈਏ, ਸਹੀ ਹੱਕ ਸੱਚ ਦੀ ਗੱਲ ਕਰੀਏ। ਪਰ ਸਰਕਾਰਾਂ ਇੰਨਾ ਜ਼ੁਲਮ ਕਰ ਰਹੀਆਂ ਨੇ, ਇੱਕ ਸ਼ਾਂਤਮਈ ਧਰਨੇ ਨੂੰ ਵੀ ਲਾਉਣ ਦੇ ਰਹੀਆਂ, ਉੱਥੇ ਡੇਡੇ ਜ਼ੁਲਮ ਕਰ ਰਹੀਆਂ ਨੇ, ਜੇ ਇਦੋਂ ਭੈੜੀਆਂ ਸਰਕਾਰਾਂ ਕੀ ਹੋਣਗੀਆਂ? ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਬਲਾਕ ਭਵਾਨੀਗੜ੍ਹ ਦਾ ਅਗਵਾ ਮੈਂ। ਪਹਿਲਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ, ਚਾਹੇ ਨਵੀ ਖਾਂ ਗਨੀ ਖਾਂ ਹੋਵੇ, ਉਹਨਾਂ ਨੇ ਲੜਾਈਆਂ ਲੜੀਆਂ ਨੇ, ਅਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹੇ ਹਾਂ ਉਹਨਾਂ ਮੁਗਲਾਂ ਦੇ ਖਿਲਾਫ਼, ਅਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ, ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਚਾਹੇ ਸੰਯੁਕਤ ਮੋਰਚਾ, ਕੋਈ ਵੀ ਜਥੇਬੰਦੀਆਂ ਨੇ, ਭਾਰਤ ਦੀਆਂ ਜਥੇਬੰਦੀਆਂ ਨੇ, ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ। ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ, ਅਤੇ ਹਰਿਆਣੇ ਦੇ ਵਿੱਚ ਹਿੰਦੂ ਵੀਰ ਨੇ, ਅਤੇ ਮੁਸਲਮਾਨ ਯੂਪੀ ਦੇ ਵਿੱਚ ਮੁਸਲਮਾਨ ਵੀਰ ਨੇ। ਅਸੀਂ ਸਾਰੇ ਇਕੱਠੇ ਕਿਰਤੀ ਲੋਕ ਹਾਂ, ਅਸੀਂ ਸਾਰੇ ਇੱਕ ਹਾਂ, ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਹਾਂ, ਅਸੀਂ ਕਿਰਤ ਕਰਨ ਵਾਲੇ ਲੋਕ ਹਾਂ, ਇਕੱਠੇ ਰਹਿੰਦੇ ਹਾਂ ਸਾਰੇ। ਸਾਡੇ 'ਚ ਕੋਈ ਤੁਹਾਨੂੰ ਫਰਕ ਜਾਪਦਾ ਵੀ ਇਹ ਸਿੱਖ ਹੈ, ਇਹ ਮੁਸਲਮਾਨ ਹੈ, ਉਹ ਹਿੰਦੂ ਹੈ? ਸਾਡੇ 'ਚ ਤਾਂ ਕੋਈ ਫਰਕ ਨਹੀਂ, ਅਸੀਂ ਸਾਰੇ ਇਕੱਠੇ ਹਾਂ। ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਹੈ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ, ਉਦੋਂ ਉੱਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਹੈ, ਉੱਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ, ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉੱਥੇ। ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ।